ਅਸੀਂ ਕੱਲ੍ਹ 12:30 ਬਾਜ਼ਾਰ ਗਏ ਸੀ ਔਰ 2:15 ਵਜੇ ਆਏ ਹਾਂ। 1:47 'ਤੇ ਮੈਂ ਘਰ ਸੀ। ਜਦੋਂ ਅਸੀਂ ਘਰ ਆਏ ਤਾਂ ਆ ਕੇ ਦੇਖਿਆ ਕਿ ਮੇਰੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਔਰ ਪੌੜੀਆਂ ਦਾ ਦਰਵਾਜ਼ਾ ਟੁੱਟਿਆ ਪਿਆ, ਜਿਹਦੇ ਵਿੱਚ ਮੇਰਾ ਸਾਰਾ ਸੋਨਾ ਚਾਂਦੀ ਔਰ ਕੈਸ਼ ਜੋ ਵੀ ਪਿਆ ਸੀ ਸਾਰਾ ਕੁਛ ਲੈ ਗਏ ਹੈ। ਮੇਰੇ ਕੋਲ ਹੁਣ ਇਸ ਟਾਈਮ ਕੁਛ ਨਹੀਂ ਹੈਗਾ। ਕਿਰਪਾ ਕਰਕੇ ਮੇਰੀ ਮਦਦ ਕਰੋ ਕਿ ਚੋਰਾਂ ਨੂੰ ਲਵਾਓ ਔਰ ਮੇਰਾ ਸਾਰਾ ਸਮਾਨ ਮੈਨੂੰ ਵਾਪਸ ਕਰਵਾਓ। ਹਾਂਜੀ, ਇਹਨਾਂ ਨੇ ਦੱਸਿਆ ਵਾ ਵੀ ਸਾਡੇ ਘਰ ਆਣ ਕੇ 1:30 ਵਜੇ ਦੇ ਕਰੀਬ, ਮਤਲਬ 24/10/23 ਨੂੰ 1:30 ਵਜੇ ਦੇ ਕਰੀਬ ਆਇਆ ਬੰਦਾ। ਅਸੀਂ ਜਿਹੜੀਆਂ ਮਾਵਾਂ ਧੀਆਂ ਅਤੇ ਉਹ ਬਾਜ਼ਾਰ ਗਈਆਂ ਸ਼ੋਪਿੰਗ ਕਰਨ, ਅਤੇ ਲੋਕ ਲਾਇਆ ਸੀ ਉਹ ਕੋਠੇ ਦੀ ਛੱਤ ਤੋਂ ਚੜ੍ਹ ਕੇ, ਅਤੇ ਉਹ ਸਾਡੇ ਅੰਦਰ ਵੜ ਕੇ ਅਤੇ ਸਾਡਾ ਗੋਲਡ ਅਤੇ ਪੈਸੇ ਜਿਹੜੇ ਕੱਢ ਕੇ ਅਤੇ ਲੈ ਗਿਆ ਵਾ। ਹੋਰ ਕੋਈ ਸਮਾਨ ਨਹੀਂ ਲੱਗਿਆ, ਪੈਸੇ ਅਤੇ ਗੋਲਡ ਹੀ ਲੱਗਿਆ। ਹਾਂਜੀ, CCTV ਕੈਮਰੇ ਚੈੱਕ ਕੀਤੇ ਆ, ਉਹਦੇ ਵਿੱਚ ਉਹਦੀ ਫੋਟੋਜ਼ ਅਸੀਂ ਦੇਖੀ ਆ, ਅਤੇ ਉਹਦੇ ਵਿੱਚ ਉਹ ਬੰਦਾ ਸਾਨੂੰ ਜਿਹੜਾ ਵਾ ਪਛਾਣ, ਮਤਲਬ ਉਹਦੀ ਫੋਟੋ ਅਸੀਂ ਲੈ ਕੇ ਅਤੇ ਪਛਾਣ ਕਰ ਰਹੇ ਹਾਂ ਉਹ ਬੰਦੇ ਦੀ। ਸ਼ਹਿਰ ਦੇ ਵਿੱਚ ਸਾਰੀ ਗੈਸਟ ਪਾਰਟੀ ਵੀ ਲਾਈ ਹੈ, ਜਿੱਥੇ ਸਾਨੂੰ ਮਿਲ ਗਿਆ ਉੱਥੋਂ ਹੀ ਆਪਾਂ ਨੂੰ ਲਿਆਣ ਕੇ ਅਤੇ ਕੋਸ਼ਿਸ਼ ਕੀਤੀ। ਨਹੀਂ, ਸ਼ਹਿਰ ਦਾ ਨਹੀਂ ਗਾ, ਜੋ ਕਿ ਆਂਢ ਗੁਆਂਢ ਪੁੱਛਿਆ ਵੀ ਗਿਆ ਵੀ ਇਹ ਤੁਸੀਂ ਬੰਦਾ ਵੇਖਿਆ, ਉਹਨਾਂ ਨੂੰ ਫੋਟੋ ਅਸੀਂ ਵਿਖਾਈ ਅਤੇ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਬੱਸ ਸਟੈਂਡ ਪੁੱਛਦਾ ਸੀ ਕਿ ਜੀਰੇ ਸ਼ਹਿਰ ਦਾ ਬੱਸ ਸਟੈਂਡ ਕਿਹੜੀ ਸਾਈਡ ਹੈ। ਇਸ ਤੋਂ ਸਾਨੂੰ ਪਤਾ ਚੱਲਦਾ ਵੀ ਉਹ ਬੰਦਾ ਜੀਰੇ ਸ਼ਹਿਰ ਦਾ ਨਹੀਂ ਗਾ, ਕਿਤੇ ਆਸੇ ਪਾਸੇ ਦਾ ਵਾ। ਬਾਕੀ ਆਸੇ ਪਾਸੇ ਵੀ ਅਸੀਂ ਪਿੰਡਾਂ ਦੇ ਵਿੱਚ ਸਰਪੰਚ ਸਾਹਿਬਾਨ ਨੇ ਜਿਹੜੇ ਉਹਨਾਂ ਨੂੰ ਵੀ ਗਰੁੱਪ 'ਚ ਫੋਟੋ ਪਾ ਦਿੱਤੀ ਹੈ, ਜਿੱਥੇ ਵੀ ਉਹ ਬੰਦਾ ਮਿਲ ਗਿਆ ਉਹਨੂੰ ਜਲਦੀ ਤੋਂ ਜਲਦੀ ਆਪਾਂ ਉਹਨੂੰ ਰਾਊਂਡ ਅਪ ਕਰਕੇ ਪੁੱਛਗਿੱਛ ਕਰਕੇ ਅਤੇ ਇਨਸਾਫ ਦਵਾਇਆ ਜਾਊ। ਅਸੀਂ ਕੱਲ੍ਹ 12:30 ਬਾਜ਼ਾਰ ਗਏ ਸੀ ਔਰ 2:15 ਵਜੇ ਆਏ ਹਾਂ। 1:47 'ਤੇ ਮੈਂ ਘਰ ਸੀ। ਜਦੋਂ ਅਸੀਂ ਘਰ ਆਏ ਤਾਂ ਆ ਕੇ ਦੇਖਿਆ ਕਿ ਮੇਰੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਔਰ ਪੌੜੀਆਂ ਦਾ ਦਰਵਾਜ਼ਾ ਟੁੱਟਿਆ ਪਿਆ, ਜਿਹਦੇ ਵਿੱਚ ਮੇਰਾ ਸਾਰਾ ਸੋਨਾ ਚਾਂਦੀ ਔਰ ਕੈਸ਼ ਜੋ ਵੀ ਪਿਆ ਸੀ ਸਾਰਾ ਕੁਛ ਲੈ ਗਏ ਹੈ। ਮੇਰੇ ਕੋਲ ਹੁਣ ਇਸ ਟਾਈਮ ਕੁਛ ਨਹੀਂ ਹੈਗਾ। ਕਿਰਪਾ ਕਰਕੇ ਮੇਰੀ ਮਦਦ ਕਰੋ ਕਿ ਚੋਰਾਂ ਨੂੰ ਲਵਾਓ ਔਰ ਮੇਰਾ ਸਾਰਾ ਸਮਾਨ ਮੈਨੂੰ ਵਾਪਸ ਕਰਵਾਓ। ਹਾਂਜੀ, ਇਹਨਾਂ ਨੇ ਦੱਸਿਆ ਵਾ ਵੀ ਸਾਡੇ ਘਰ ਆਣ ਕੇ 1:30 ਵਜੇ ਦੇ ਕਰੀਬ, ਮਤਲਬ 24/10/23 ਨੂੰ 1:30 ਵਜੇ ਦੇ ਕਰੀਬ ਆਇਆ ਬੰਦਾ। ਅਸੀਂ ਜਿਹੜੀਆਂ ਮਾਵਾਂ ਧੀਆਂ ਅਤੇ ਉਹ ਬਾਜ਼ਾਰ ਗਈਆਂ ਸ਼ੋਪਿੰਗ ਕਰਨ, ਅਤੇ ਲੋਕ ਲਾਇਆ ਸੀ ਉਹ ਕੋਠੇ ਦੀ ਛੱਤ ਤੋਂ ਚੜ੍ਹ ਕੇ, ਅਤੇ ਉਹ ਸਾਡੇ ਅੰਦਰ ਵੜ ਕੇ ਅਤੇ ਸਾਡਾ ਗੋਲਡ ਅਤੇ ਪੈਸੇ ਜਿਹੜੇ ਕੱਢ ਕੇ ਅਤੇ ਲੈ ਗਿਆ ਵਾ। ਹੋਰ ਕੋਈ ਸਮਾਨ ਨਹੀਂ ਲੱਗਿਆ, ਪੈਸੇ ਅਤੇ ਗੋਲਡ ਹੀ ਲੱਗਿਆ। ਹਾਂਜੀ, CCTV ਕੈਮਰੇ ਚੈੱਕ ਕੀਤੇ ਆ, ਉਹਦੇ ਵਿੱਚ ਉਹਦੀ ਫੋਟੋਜ਼ ਅਸੀਂ ਦੇਖੀ ਆ, ਅਤੇ ਉਹਦੇ ਵਿੱਚ ਉਹ ਬੰਦਾ ਸਾਨੂੰ ਜਿਹੜਾ ਵਾ ਪਛਾਣ, ਮਤਲਬ ਉਹਦੀ ਫੋਟੋ ਅਸੀਂ ਲੈ ਕੇ ਅਤੇ ਪਛਾਣ ਕਰ ਰਹੇ ਹਾਂ ਉਹ ਬੰਦੇ ਦੀ। ਸ਼ਹਿਰ ਦੇ ਵਿੱਚ ਸਾਰੀ ਗੈਸਟ ਪਾਰਟੀ ਵੀ ਲਾਈ ਹੈ, ਜਿੱਥੇ ਸਾਨੂੰ ਮਿਲ ਗਿਆ ਉੱਥੋਂ ਹੀ ਆਪਾਂ ਨੂੰ ਲਿਆਣ ਕੇ ਅਤੇ ਕੋਸ਼ਿਸ਼ ਕੀਤੀ। ਨਹੀਂ, ਸ਼ਹਿਰ ਦਾ ਨਹੀਂ ਗਾ, ਜੋ ਕਿ ਆਂਢ ਗੁਆਂਢ ਪੁੱਛਿਆ ਵੀ ਗਿਆ ਵੀ ਇਹ ਤੁਸੀਂ ਬੰਦਾ ਵੇਖਿਆ, ਉਹਨਾਂ ਨੂੰ ਫੋਟੋ ਅਸੀਂ ਵਿਖਾਈ ਅਤੇ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਬੱਸ ਸਟੈਂਡ ਪੁੱਛਦਾ ਸੀ ਕਿ ਜੀਰੇ ਸ਼ਹਿਰ ਦਾ ਬੱਸ ਸਟੈਂਡ ਕਿਹੜੀ ਸਾਈਡ ਹੈ। ਇਸ ਤੋਂ ਸਾਨੂੰ ਪਤਾ ਚੱਲਦਾ ਵੀ ਉਹ ਬੰਦਾ ਜੀਰੇ ਸ਼ਹਿਰ ਦਾ ਨਹੀਂ ਗਾ, ਕਿਤੇ ਆਸੇ ਪਾਸੇ ਦਾ ਵਾ। ਬਾਕੀ ਆਸੇ ਪਾਸੇ ਵੀ ਅਸੀਂ ਪਿੰਡਾਂ ਦੇ ਵਿੱਚ ਸਰਪੰਚ ਸਾਹਿਬਾਨ ਨੇ ਜਿਹੜੇ ਉਹਨਾਂ ਨੂੰ ਵੀ ਗਰੁੱਪ 'ਚ ਫੋਟੋ ਪਾ ਦਿੱਤੀ ਹੈ, ਜਿੱਥੇ ਵੀ ਉਹ ਬੰਦਾ ਮਿਲ ਗਿਆ ਉਹਨੂੰ ਜਲਦੀ ਤੋਂ ਜਲਦੀ ਆਪਾਂ ਉਹਨੂੰ ਰਾਊਂਡ ਅਪ ਕਰਕੇ ਕੋਸ਼ਿਸ਼ ਕਰਕੇ ਅਤੇ ਇਨਸਾਫ ਦਵਾਇਆ ਜਾਊਗਾ।